ਗੁਰਬਖਸ਼ ਸਿੰਘ ਦੀ ਕਹਾਣੀ ਦਿਲ ਦੌਲਤ ਦੇ ਹੀਰੇ ਪੰਨੇ ਦਾ ਬਾਕੀ ਦਾ ਹਿੱਸਾ ਨਵੀਆਂ ਸੋਚਾਂ ਨੇ ਪੁਰਾਣੀਆਂ ਇੱਛਾਵਾਂ ਦਾ ਹੁਲੀਆ ਹੀ ਬਦਲ ਦਿੱਤਾ ਕਈ ਰਾਤਾਂ ਸੋਚਦੇ ਨੂੰ ਅਨਿੰਦਰੀਆਂ ਲੰਘ ਗਈਆਂ ਹੁੜਕ ਜਦੋਂ ਉਹਨਾਂ ਸੋਚਾਂ ਨੇ ਫੈਸਲੇ ਦੀ ਸ਼ਕਲ ਪਾ ਲਈ ਤਾਂ ਉਹਨੂੰ ਚੈਨ ਆ ਗਿਆ ਅੱਜ ਸ਼ਾਮੀ ਮੈਂ ਮਾਦਰੀ ਅੱਗੇ ਆਪਣਾ ਦਿਲ ਖੋਲ ਕੇ ਧਰ ਦੇਵਾਂਗਾ ਉਹਦੇ ਉਹਦਾ ਦਿਲ ਗਵਾਹੀ ਦਿੰਦਾ ਸੀ ਕਿ ਮਾਦਰੀ ਉਹਨੂੰ ਆਪਣਾ ਬੜਾ ਚੰਗਾ ਦੋਸਤ ਖਿਆਲ ਕਰਦੀ ਹੈ ਜੋ ਹਮੇਸ਼ਾ ਨਹੀਂ ਕਦੇ-ਕਦੇ ਪਿਆਰ ਵਰਗੀ ਕੋਈ ਰੌਂ ਵੀ ਉਹਦੇ ਵੱਲੋਂ ਆਉਂਦੀ ਉਸ ਮਹਿਸੂਸ ਕੀਤੀ ਸੀ ਦਿਲ ਤਕੜਾ ਕਰਕੇ ਸ਼ਾਮੀ ਸੈਰ ਵੇਲੇ ਉਹਨੇ ਕਹਿ ਦਿੱਤਾ ਕਿ ਜੇ ਮਧੂਰੀ ਮੰਨੇ ਤਾਂ ਉਹਦੇ ਨਾਲ ਵਿਆਹ ਕਰਨਾ ਆਪਣੀ ਤਕਦੀਰ ਦੀ ਸਿਖਰ ਸਮਝੇਗਾ ਨਹੀਂ ਨਹੀਂ ਲਾਲ ਜੀ ਤੁਹਾਡੀ ਸੂਰਜੀ ਦੁਨੀਆ ਨੂੰ ਮੈਂ ਆਪਣੀ ਅੰਨੀ ਜ਼ਿੰਦਗੀ ਨਾਲ ਪਰਛਾਵਾਂ ਬਣਨਾ ਮਨਜ਼ੂਰ ਨਹੀਂ ਕਰ ਸਕਦੀ ਤੇ ਬੜੀ ਦ੍ਰਿੜ ਨਿਰਣੇ ਲੈਣ ਵਾਲੀ ਕੁੜੀ ਸੀ ਹੀਰਾ ਲਾਲ ਨੇ ਸੌ ਯਕੀਨ ਦਵਾਇਆ ਕਿ ਉਹਨੇ ਪਹਿਲੀ ਵਾਰੀ ਸੂਰਜ ਮਾਦਰੀ ਦੀ ਅੱਖਾਂ 'ਚ ਹੀ ਨਿਕਲਿਆ ਵੇਖਿਆ ਸੀ ਪਰ ਮਾਦਰੀ ਦਾ ਫੈਸਲਾ ਉਹ ਨਾ ਬਦਲ ਸਕਿਆ ਕੋਈ ਹੋਰ ਮਰਦੋਂ ਦੀ ਜ਼ਿੰਦਗੀ 'ਚ ਹੈ ਨਹੀਂ ਸਿਰਫ ਮੇਰੀ ਦਿਲ ਪੇਟ ਨੂੰ ਕੁਰਬਾਨੀ ਸਮਝ ਕੇ ਹੀ ਮਾਦਰੀ ਕਬੂਲਦੀ ਨਹੀਂ ਇਹੀ ਸੋਚ ਹੀਰਾ ਲਾਲ ਦੇ ਦਿਮਾਗ 'ਚ ਪਾਉਂਦੀ ਰਹੀ ਕਈ ਰਾਤ ਫੇਰ ਉਹ ਨੀਂਦਰੀਆਂ ਲੰਘ ਗਈਆਂ ਸੂਰਦਾਸ ਦੀ ਫਿਲਮ ਸ਼ਹਿਰ ਚ ਆਈ ਨਿਤ੍ਰਹੀਣਾ ਨਾਲ ਹੀਰਾ ਲਾਲ ਦੀ ਦਿਲਚਸਪੀ ਖਾਸ ਵਧਦੀ ਜਾ ਰਹੀ ਸੀ ਉਸ ਫਿਲਮ ਨੇ ਉਹਦੇ ਉੱਤੇ ਜਾਦੂ ਕਰ ਦਿੱਤਾ ਸਵੇਰੇ ਜਦੋਂ ਉੱਠਿਆ ਤਾਂ ਜਿਕਰ ਕਿਸੇ ਤਪਸਵੀ ਨੂੰ ਅਚਾਨਕ ਗਿਆਨ ਦਾ ਚਾਨਣਾ ਹੋ ਜਾਂਦਾ ਉਹਦਾ ਭਾਰਾ ਭਾਰਾ ਦਿਮਾਗ ਹੌਲਾ ਫੁੱਲ ਹੋ ਗਿਆ ਜੇ ਸੂਰਦਾਸ ਆਪਣੇ ਹੱਥੀ ਅੱਖਾਂ 'ਚ ਸੂਆ ਮਾਰ ਕੇ ਅੱਖਾਂ ਦੀ ਜੋਤ ਬੁਝਾ ਸਕਦਾ ਸੀ ਤਾਂ ਮੈਂ ਉਦੋਂ ਆਸਾਨੀ ਨਾਲ ਮੂੰਹ ਮੰਗੀ ਕੀਮਤ ਕਿਸੇ ਡਾਕਟਰ ਨੂੰ ਦੇ ਕੇ ਮਾਧੁਰੀ ਦੀ ਦੁਨੀਆ 'ਚ ਕਿਉਂ ਸ਼ਾਮਲ ਨਹੀਂ ਹੋ ਸਕਦਾ ਜਿਹਨੂੰ ਅੰਨੀ ਦੁਨੀਆ ਆਖਦੀ ਉਹ ਮੇਰੀ ਸੂਰਜੀ ਦੁਨੀਆ ਬਣ ਜਾਏਗੀ ਹੀਰਾ ਲਾਲ ਦੇ ਅੰਦਰ ਕੁਝ ਗਾਉਣ ਲੱਗ ਪਿਆ ਉਹ ਗੀਤ ਜਿਹੜੇ ਮਾਧੁਰੀ ਆਪਣੇ ਪਿਤਾ ਨੂੰ ਗਾਉਂ ਕੇ ਸੁਣਾਇਆ ਕਰਦੀ ਸੀ ਜਦੋਂ ਮਾਧੁਰੀ ਨੂੰ ਪਤਾ ਲੱਗੇਗਾ ਮੇਰੀਆਂ ਅੱਖਾਂ ਵੀ ਉਹਦੇ ਵਰਗੀਆਂ ਹੋ ਗਈਆਂ ਨੇ ਪਰ ਉਹਦੇ ਵਰਗੇ ਕਿਸੇ ਗੁਣ ਦੀ ਖੁਦਮੁਖਤਿਆਰੀ ਮੇਰੇ 'ਚ ਨਹੀਂ ਹੈ ਇੱਕ ਹੀਣੀ ਜੀ ਜਿੰਦ ਹੋਵਾਂਗਾ ਉਹ ਮੈਨੂੰ ਰੁਲਦਿਆਂ ਨਹੀਂ ਛੱਡੇਗੀ ਅੱਜ ਜਦੋਂ ਮੈਂ ਉਹਦਾ ਹੱਥ ਮੰਗਦਾ ਮੈਂ ਕੁਝ ਵੀ ਕੁਰਬਾਨ ਨਹੀਂ ਕਰ ਰਿਹਾ ਪਰ ਉਹਨੂੰ ਜਿੱਤਣ ਲਈ ਅੱਖਾਂ ਦੇ ਦੇਣ ਵਾਲੀ ਮੇਰੀ ਕੁਰਬਾਨੀ ਦੀ ਉਹ ਜ਼ਰੂਰ ਕਦਰ ਕਰੇਗੀ ਇਹੀ ਸੋਚਦਾ ਬਾਗ 'ਚ ਟਹਿਲ ਰਿਹਾ ਸੀ ਕਿ ਅਖਬਾਰ ਵੇਚਣ ਵਾਲੇ ਮੁੰਡੇ ਨੇ ਸੜਕ ਉੱਤੇ ਹੋਕਾ ਮਾਰਿਆ ਪ੍ਰਸਿੱਧ ਲੋਕ ਲਿਖਾਰੀ ਦੀ ਵਸੀਅਤ ਅੱਖਾਂ ਦੇ ਦਿੱਤੀਆਂ ਹਿਰਾ ਲਾਲ ਨੇ ਚੌਂਕੀ ਅਖਬਾਰ ਖਰੀਦ ਲਈ ਪੜਿਆ ਮਰਦਿਆਂ ਸਾਰ ਮੇਰੀਆਂ ਦੋਵੇਂ ਅੱਖਾਂ ਕੱਢ ਲਈਆਂ ਜਾਣ ਤੇ ਇੱਕ ਇੱਕ ਅੱਖ ਦੋ ਅੰਨੀਆਂ ਇਸਤਰੀਆਂ ਨੂੰ ਦੇ ਕੇ ਉਹਨਾਂ ਦੀ ਦੁਨੀਆ ਚਾਨਣੀ ਕਰਤੀ ਜਾਏ ਇਸ ਤਰ੍ਹਾਂ ਇੱਕ ਦੀ ਅੱਖਾਂ ਦੂਜੇ ਨੂੰ ਲਾ ਦੇਣ ਬਾਰੇ ਉਹਨੇ ਅਖਬਾਰਾਂ 'ਚ ਕੱਲੇ ਹੀ ਪੜਿਆ ਸੀ ਉਹਦੀ ਸੋਚ ਦਾ ਰੁਖ ਪਲਟ ਗਿਆ ਉਹ ਡਾਕਟਰਾਂ ਨੂੰ ਮਿਲਿਆ ਪਤਾ ਲੱਗਾ ਜੇ ਆਪਰੇਸ਼ਨ ਰਾਜਧਾਨੀ ਵਿੱਚ ਹੀ ਹੋ ਸਕੇਗਾ ਉੱਥੇ ਗਿਆ ਇੱਕ ਡਾਕਟਰ ਨਾਲ ਸਭ ਕੁਝ ਤੈਅ ਕਰ ਲਿਆ ਫਿਰ ਆ ਕੇ ਆਪਣੇ ਸ਼ਹਿਰ ਦੇ ਕਮੇਟੀ ਮੈਂਬਰਾਂ ਨਾਲ ਗੱਲ ਕੀਤੀ ਉਦਾਪਯੋਕ ਕਮੇਟੀ ਦਾ ਪ੍ਰਧਾਨ ਸੀ ਕੋਈ ਮੁਸ਼ਕਲ ਨਹੀਂ ਸੀ ਕਿ ਲੋਕ ਲਿਖਾਰੀ ਦੀ ਵਿसीयਤ ਵਾਲੀ ਕੱਕ ਮਾਧਰੀ ਲਈ ਮਨਜ਼ੂਰ ਕਰਵਾ ਲੈਂਦਾ ਮਾਧਰੀ ਦੇ ਮਾਪਿਓ ਲਈ ਜਿਉਂ ਉਮੀਦਾਂ ਦੇ ਬੰਦ ਫਟ ਖੁੱਲ ਗਏ ਸਨ ਚਾਹੀ ਚਾਹੀ ਤਿਆਰੀ ਕੀਤੀ ਸੁਬੋਧ ਨੂੰ ਵੀ ਪਿੱਛੇ ਨਹੀਂ ਸੀ ਛੱਡਿਆ ਜਾ ਸਕਦਾ ਰਾਜਧਾਨੀ ਚ ਲੋਕ ਲਿਖਾਰੀ ਦੀ ਵਿसीयਤ ਉਤੇ ਵੱਡੀ ਸੰਭਾਵਨਾ ਭਰੇ ਆਪਰੇਸ਼ਨ ਦੀ ਬੜੀ ਚਰਚਾ ਸੀ ਆਪਰੇਸ਼ਨ ਤੋਂ ਪਹਿਲਾਂ ਲੋਕ ਮਾਧਰੀ ਨੂੰ ਵੇਖਣ ਆਉਂਦੇ ਵੇਖ ਕੇ ਆਪਰੇਸ਼ਨ ਦੀ ਕਾਮਯਾਬੀ ਲਈ ਪ੍ਰਾਰਥਨਾ ਕਰਨੋਂ ਨਾ ਰਹਿ ਸਕਦੇ ਆਪਰੇਸ਼ਨ ਹੋ ਗਿਆ 15 ਦਿਨ ਹੀ ਅੱਜ ਪੱਟੀ ਖੁੱਲ ਰਹੀ ਸੀ ਮਾਧਰੀ ਦਾ ਉਹਦੀ ਮਾਂ ਦਾ ਉਹਦੇ ਪਿਓ ਦਾ ਜਾਂ ਹੀਰਾ ਲਾਲ ਦਾ ਸੁਬੋਧ ਨੂੰ ਵੀ ਮਾਧਰੀ ਦੇ ਅੱਖਣ ਉੱਤੇ ਉਹ ਮਿਲਾ ਲੈ ਜਾਂਦੇ ਰਹੇ ਸਨ ਡਾਕਟਰ ਨੇ ਪਰਦੇ ਸੁੱਟ ਕੇ ਕਮਰੇ ਦਾ ਚਾਨਣ ਘਟਾ ਲਿਆ ਮਾਧਰੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਉਹ ਪੱਟੀ ਖੋਲਦਾ ਗਿਆ ਇੱਕ ਦੋ ਵਲ ਰਹਿ ਗਏ ਉਹ ਰੁਕ ਗਿਆ ਮਾਧਰੀ ਦੀ ਪੱਟੀ ਦੇ ਨਾਲ ਦੋ ਵਲਾਂ ਹੇਟ ਦੋ ਦੁਨੀਆ ਸ਼ਾਇਦ ਧੜਕ ਰਹੀਆਂ ਨੇ ਡਾਕਟਰ ਦਾ ਆਪਣਾ ਦਿਲ ਵੀ ਧੜਕ ਰਿਹਾ ਸੀ ਉਹ ਦੋ ਕਿਹੜੀਆਂ ਨੇ ਡਾਕਟਰ ਸਾਹਿਬ ਮਾਦਰੀ ਨੇ ਪੁੱਛਿਆ ਰਾਸ਼ਨੀ ਦੀ ਦੁਨੀਆ ਤੇਰੀ ਤੇ ਸ਼ੋਰਤ ਦੀ ਦੁਨੀਆ ਮੇਰੀ ਤੁਹਾਡੇ ਦੋਹਾਂ ਦੀ ਦੁਨੀਆ 'ਚ ਸਾਡੀ ਦੁਨੀਆ ਵੀ ਏ ਹੀਰਾ ਲਾਲ ਦਾ ਮੂੰਹ ਮਾਪਿਓ ਨਾਲੋਂ ਬਹੁਤਾ ਕਿਸੇ ਅਤ ਲੋੜਵੰਦ ਜਾਚਕ ਦਾ ਮੂੰਹ ਬੜਿਆ ਸੀ ਡਾਕਟਰ ਨੇ ਅਖੀਰਲਾ ਵਾਲ ਵਲ ਖੋਲ ਕੇ ਰੋਂਦਾ ਫਿਆ ਲਾ ਦਿੱਤਾ ਤੇ ਭੁੱਲੀ ਜੀ ਅੱਖ ਮਲ ਕੇ ਸਾਹਮਣੇ ਉਂਗਲਾ ਹਿਲਾ ਕੇ ਪੁੱਛਿਆ ਮਾਦਰੀ ਕੁਝ ਹਿਲਦਾ ਦਿਸਦਾ ਈ ਮਾਦਰੀ ਦੇ ਮੂੰਹ ਤੇ ਪਛਾਣ ਦਾ ਕੋਈ ਚਾਨਣ ਨਹੀਂ ਸੀ ਜ਼ਰੂਰ ਦੇ ਸੇਗਾ ਮਾਦਰੀ ਸਿਰਫ ਤੇਰੀ ਅੱਖ ਨੂੰ ਅਜੀਬ ਵੇਖਣ ਦੀ ਆਦਤ ਨਹੀਂ ਤੇ ਡਾਕਟਰ ਨੇ ਉਹਦੀ ਖੱਬੀ ਅੱਖ ਨੂੰ ਉਂਗਲਾਂ ਹਿਲਾ ਕੇ ਪੁੱਛਿਆ ਹੁਣ ਦੱਸ ਮਾਦਰੀ ਮਾਦਰੀ ਦਾ ਮੂੰਹ ਲਿਸ਼ਕ ਪਿਆ ਹਾਂ ਡਾਕਟਰ ਸਾਹਿਬ ਮੈਨੂੰ ਦਿਸ ਪਿਆ ਤੇ ਆਪਣੀ ਉਂਗਲਾਂ ਹਿਲਾ ਕੇ ਉਹਨੇ ਕਿਹਾ ਤੁਸੀਂ ਇੰਜਨਸ ਨਹੀਂ ਕਰ ਰਹੇ ਤੇ ਡਾਕਟਰ ਨੇ ਆ ਕੇ ਮਾਦਰੀ ਨੂੰ ਜੱਫੀ ਪਾ ਲਈ ਬੱਚੀ ਨੇ ਮੇਰੀ ਰੱਖ ਵਖਾਲੀ ਤੇ ਉਹਨੂੰ ਉਹਨੇ ਫੇਰ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਇੱਕ ਘੰਟੇ ਨੂੰ ਫੇਰ ਗੋਲਾਂਗਾ ਨਾਂ ਸਿਰਫ ਤੇਰੀ ਅੱਖ ਨੂੰ ਹੀ ਤੇਰੇ ਦਿਲ ਦੀਆਂ ਅੱਖਾਂ ਨੂੰ ਵੀ ਵੇਖਣ ਦੀ ਆਦਤ ਪੈ ਲਵੇ। ਡਾਕਟਰ ਨੇ ਬੜੀ ਸੁਚੱਜਤਾ ਨਾਲ ਮਾਧਰੀ ਨੂੰ ਹੌਲੀ-ਹੌਲੀ ਉਹਦੀ ਨਵੀਂ ਦੁਨੀਆ ਨਾਲ ਵਾਕਫੀਅਤ ਕਰਾਈ। ਮਾਂ ਮੇਰੇ ਗਲ ਨਾਲ ਲੱਗੋ। ਮੇਰਾ ਗਲ ਤੁਹਾਡੀ ਪਛਾਣ ਮੇਰੀਆਂ ਅੱਖਾਂ ਨੂੰ ਕਰਾਏਗਾ। ਹਾਂ ਹਾਂ ਮੇਰੀ ਮਾਂ ਮੇਰੀ ਮਾਂ ਤੁਸੀਂ ਉੱਡੇ ਹੀ ਸੋਹਣੇ ਹੋ ਜਿਹੜੇ ਮੈਂ ਤੁਹਾਨੂੰ ਪਿਪਲ ਤੋਂ ਹੀ ਕਰਾਤੀ ਕਰਾਤ ਸੁਪਨੇ 'ਚ ਵੇਖਿਆ ਸੀ ਤੇ ਉਦਣ ਵਾਂਗ ਉਹਦੇ ਸਿਰ ਇੱਕ-ਇੱਕ ਨਕਸ਼ ਉੱਤੇ ਉਹਨੇ ਪੋਟੇ ਫੇਰੇ। ਆਪਣੇ ਪਿਓ ਦੀ ਆਪਣੇ ਸੁਬੋਧ ਦੀ ਪਛਾਣ ਵੀ ਉਹਨੇ ਉਸੇ ਤਰ੍ਹਾਂ ਹੀ ਕੀਤੀ ਪਰ ਹੀਰਾ ਲਾਲ ਦੇ ਸਰੀਰ ਦਾ ਸਿਰਫ ਇੱਕੋ ਹੱਥ ਹੀ ਉਹ ਪਛਾਣਦੀ ਸੀ ਕਦੇ-ਕਦੇ ਉਹ ਸੈਰ ਕਰਦਿਆਂ ਸੁਬੋਧ ਕੋਲੋਂ ਚੋਰੀ ਉਹਦਾ ਹੱਥ ਆਪਣੇ ਹੱਥ 'ਚ ਲੈ ਲੈਂਦਾ ਸੀ ਤੁਸੀਂ ਕਿੱਥੇ ਹੋ ਮੇਰੇ ਇੰਨੇ ਚੰਗੇ ਦੋਸਤ ਉਹ ਹੱਥ ਆਪਣਾ ਮੈਨੂੰ ਫੜਾਓ ਤੇ ਹੀਰਾ ਲਾਲ ਦਾ ਵਧੀਆ ਹੱਥ ਫੜ ਕੇ ਉਹਨੇ ਬੁੱਲਾ ਨਾਲ ਛੁਆ ਲਿਆ ਆਪਣੇ ਸ਼ਹਿਰ ਵਾਪਸੀ ਉਤੇ ਮਾਦਰੀ ਨੇ ਪਹਿਲੀ ਵਾਕਫੀਅਤ ਆਪਣੇ ਵਿਹੜੇ ਵਿੱਚ ਲਿੱਪਪਲ ਨਾਲ ਕੀਤੀ ਜੱਫੀ ਪਾਈ ਗੰਢਾਂ ਉੱਤੇ ਪੋਟੇ ਫੇਰੇ ਬੁੱਲਾ ਨਾਲ ਉਹਦੇ ਪਿੰਡੇ ਦੀ ਰੂਹ ਛੋ ਪਛਾਣੀ ਮਾਂ ਤੁਹਾਡੀ ਖੂਬਸੂਰਤੀ ਦਾ ਹਰ ਭਾਗ ਮੈਂ ਬਿਨਾਂ ਵੇਖੇ ਹੀ ਜਾਣ ਲਿਆ ਮਾਨ ਲਿਆ ਸੀ ਪਰ ਲਿੱਪਪਲ ਮੇਰੀ ਜੱਚ ਕਿਤੇ ਬਹੁਤ ਸੋਹਣਾ ਹੈ ਤੇ ਦੂਜਾ ਕੰਮ ਵੀ ਮਾਦਰੀ ਨੇ ਪਹਿਲਾਂ ਹੀ ਠਾਣਿਆ ਹੋਇਆ ਸੀ ਸੁੱਚੀ ਚੰਬੇਲੀ ਤੇ ਸੁੱਚੇ ਗੁਲਾਬ ਦੇ ਫੁੱਲ ਮੰਗਵਾ ਕੇ ਇੱਕ ਸੋਹਣੀ ਜੀ ਟੋਕਰੀ ਭਰ ਲਈ ਹੀਰਾ ਲਾਲ ਨੂੰ ਆਖਣ ਲੱਗੀ ਮੋਟਰ ਵਿੱਚ ਚੜਾ ਕੇ ਨਹੀਂ ਮੈਨੂੰ ਤੋਰ ਕੇ ਪੂਜ ਲੋਕ ਲਿਖਾਰੀ ਦੀ ਸਮਾਧੀ ਉੱਤੇ ਲੈ ਚੰਨੋ ਸਮਾਧੀ ਉੱਤੇ ਪਹੁੰਚਦੀ ਦੀ ਅਵਸਥਾ ਪੁਜਾਰੀ ਵਰਗੀ ਹੋ ਗਈ ਉਸ ਸਮਾਧੀ ਅੱਗੇ ਸਿਰ ਨਵਾਇਆ ਪੋਟਿਆਂ ਨਾਲ ਛੋਈ ਬੁੱਲਾਂ ਨਾਲ ਸਤਕਾਰ ਕੀਤੀ ਤੇ ਉਹਦੇ ਹੱਥ ਜੁੜ ਗਏ ਦਿਲੋਂ ਪ੍ਰਾਰਥਨਾ ਉੱਠੀ ਉਹ ਲੋਕਾਂ ਦੇ ਲਿਖਾਰੀ ਤੁਹਾਡੀ ਅੱਖ ਨਾਲ ਮੈਂ ਤੁਹਾਡੇ ਲੋਕਾਂ ਨੂੰ ਵੇਖਾਂਗੀ ਤੁਹਾਡੀ ਰਚਨਾ ਰਾਈ ਮੈਂ ਇਹਨਾਂ ਨੂੰ ਪਛਾਣਾਂਗੀ ਤੇ ਤਨ ਮਨ ਨਾਲ ਇਹਨਾਂ ਨੂੰ ਸੇਵਾਾਂਗੀ ਤੇ ਮੇਰੇ ਦਿਲ ਦਾ ਇਹ ਸ਼ੁਕਰਾਨਾ ਪ੍ਰਵਾਨ ਕਰ ਲੈਣਾ ਤੇ ਸਮਾਦੀ ਦੇ ਪਾਸਿਆਂ ਨੂੰ ਗੁਲਾਬ ਤੇ ਕੇਂਦਰ ਨੂੰ ਚੰਬੇਲੀ ਦੇ ਫੁੱਲਾਂ ਨਾਲ ਸਜਾ ਦਿੱਤਾ। ਮਾਦਰੀ ਉਹਦੇ ਮਾਪਿਓ ਤੇ ਸੁਬੋਧ ਉਤੇ ਜ਼ਿੰਦਗੀ ਦੇ ਨਵੇਂ ਨਕੂਰ ਚਾਵਾਂ ਨੇ ਬਹਾਰ ਵਰਗਾ ਜੋ ਬਣ ਲੈ ਜਾਂਦਾ ਸੀ। ਪਰ ਹੀਰਾ ਲਾਲ ਦੇ ਅੰਦਰ ਇੱਕ ਪਛਤਾਵਾ ਚੁੱਭਣ ਲੱਗ ਪਿਆ ਸੀ। ਇੱਕ ਬੇਪਰੋਸਗੀ ਦਿਲ ਨੂੰ ਟਾ ਰਹੀ ਸੀ। ਕਦੇ ਮੈਂ ਸੂਰਦਾਸ ਵਰਗਾ ਹੌਸਲਾ ਕਰ ਲਿਆ ਹੁੰਦਾ। ਮਾਦਰੀ ਨੇ ਮੇਰਾ ਦਿਲ ਕਦੇ ਨਹੀਂ ਸੀ ਤੋੜਨਾ। ਪਰ ਹੁਣ ਉਹਦੇ ਚਾਵਾਂ 'ਚ ਪਤਾ ਨਹੀਂ ਮੇਰੀ ਕੋਈ ਥਾਂ ਹੈ ਕਿ ਨਹੀਂ। ਜੋ ਜਿ ਮਾਦਰੀ ਦੇ ਘਰ ਚ ਖੇੜਾ ਵਾਧਾ ਦਿਸੇ ਹਿਰਾ ਲਾਲ ਦੇ ਅੰਦਰੋਂ ਕੁਝ ਬੁੱਝਦਾ ਜਾਪੇ ਕਈ ਵਾਰ ਉਸ ਚਾਇਆ ਕੇ ਮਾਦਰੀ ਨੂੰ ਆਪਣਾ ਸੂਰਦਾਸੀ ਇਰਾਦਾ ਦੱਸ ਕੇ ਗੱਲ ਛੇੜੇ ਤੇ ਆਪਣੀ ਤਕਦੀਰ ਦਾ ਫੈਸਲਾ ਲੈ ਲਵੇ ਪਰ ਉਹੀ ਆ ਨਾ ਕਰ ਸਕਿਆ ਜੇ ਮਾਦਰੀ ਨਾ ਮੰਨੀ ਫਿਰ ਕੀ ਕਰਾਂਗਾ ਤੇ ਲਮਕੀ ਉਮੀਦ ਦੀ ਪਤਲੀ ਤੰਦ ਨਾਲ ਟੁੱਟ ਟੁੱਟ ਕਹਿੰਦੇ ਦਿਲ ਨੂੰ ਸੰਭਾਲੀ ਰੱਖਦਾ ਔੜ ਕੋਦੇ ਮੂੰਹ ਦੀ ਪਲਿੱਤਣ ਤੋਂ ਮਾਦਰੀ ਨੂੰ ਚਿੰਤਾ ਹੋਈ ਤੇ ਸ਼ਾਮੀ ਸੈਰ ਕਰਦੀ ਉਹ ਬਾਗ ਦੀ ਇੱਕ ਬੈਂਚ ਉੱਤੇ ਉਹਦੇ ਨਾਲ ਬਹਿ ਗਈ ਉਹ ਦਾ ਸੁਸਤ ਜਿਹੇ ਹੱਥੋ ਨੇ ਆਪਣੇ ਦੋਹਾਂ ਹੱਥਾਂ ਚ ਫੜ ਲਿਆ ਮੈਨੂੰ ਮਾਫ ਕਰ ਦਿਓ ਮਾਦਰੀ ਨੇ ਆਖਿਆ ਮਾਫੀ ਕਿਸ ਗੱਲ ਦੀ ਹੀਰਾ ਲਾਲ ਚੌਂਕ ਪਿਆ ਨਿੱਕੀ ਤੋਂ ਨਿੱਕੀ ਮਿਹਰਬਾਨੀ ਜਿਹੜੀ ਕਿਧਰੋਂ ਵੀ ਕਦੀ ਮੈਨੂੰ ਨਾ ਮਿਲੀ ਉਹਦਾ ਸ਼ੁਕਰੀਆ ਜਦੋਂ ਦੀ ਇਹ ਦੁਨੀਆ ਤੁਸੀਂ ਮੈਨੂੰ ਦਵਾਈ ਹੈ ਇੱਕ ਵਾਰ ਨਹੀਂ ਦਸ ਵਾਰੀ ਕਰ ਚੁੱਕੀ ਹਾਂ ਪਰ ਤੁਹਾਨੂੰ ਮੈਂ ਅਜੇ ਤੱਕ ਇਹ ਲਫ਼ਜ਼ ਨਹੀਂ ਆਖ ਸਕੀ ਸੱਚ ਜਾਣਨਾ ਮੈਂ ਲਫ਼ਜ਼ ਢੂੰਡ ਰਹੀ ਹਾਂ ਅਜੇ ਤੱਕ ਮੈਨੂੰ ਲੱਭੇ ਨਹੀਂ ਤੁਸੀਂ ਇਉਂ ਕਿਉਂ ਹੋ ਮੇਰੇ ਨਾ ਸ਼ੁਕਰੇpan ਉਤੇ ਨਰਾਜ਼ ਹੋ ਮਾਧਰੀ ਨੇ ਹੀਰਾ ਲਾਲ ਦੇ ਹੱਥ ਨੂੰ ਪਿਆਰ ਨਾਲ ਆਪਣੇ ਹੱਥਾਂ 'ਚ ਮਲਿਆ ਨਹੀਂ ਮੈਂ ਆਪਣੀ ਕਮਜ਼ੋਰੀ ਉਤੇ ਪਛਤਾਵਾ ਕਰ ਰਿਹਾ ਤੇ ਬਾਰ ਬਾਰ ਤਰਲੇ ਭਰੇ ਲੈ ਜੇ ਚ ਮਾਧਰੀ ਦੇ ਪੁੱਛਣ ਉਤੇ ਉਹਨੇ ਆਪਣਾ ਪਛਤਾਵਾ ਦੱਸ ਹੀ ਦਿੱਤਾ ਕਿ ਕਿਉਂ ਨਾ ਆਪਣੀ ਦੁਨੀਆ ਉਤੇ ਅੱਖਾਂ ਮੀਟ ਸਕਿਆ ਉਹਨੂੰ ਮਾਧਰੀ ਦੀ ਦੁਨੀਆ ਮਿਲ ਸਕਦੀ ਸੀ ਸੁਣ ਕੇ ਮਾਧਰੀ ਦਾ ਸਰੀਰ ਕੰਬਣ ਲੱਗ ਪਿਆ ਹੀਰਾ ਲਾਲ ਐਡੀਆਂ ਸੋਹਣੀਆਂ ਅੱਖਾਂ ਨਹੀਂ ਕਰਨ ਲਈ ਤਿਆਰ ਸੀ ਓ ਲੋਕ ਲਿਖਾਰੀ ਤੂੰ ਸਾਂ ਮੈਨੂੰ ਇੱਕ ਕੱਖ ਹੀ ਨਹੀਂ ਦਿੱਤੀ ਤੂੰ ਹੀਰਾ ਲਾਲ ਨੂੰ ਵੀ ਦੋ ਦਿੱਤੀਆਂ ਨਹੀਂ ਇਹ ਸੋਚਦੇ ਹੋਣੇ ਹੀਰਾ ਲਾਲ ਦਾ ਫੜਿਆ ਹੱਥ ਚੁੰਮ ਲਿਆ ਤੁਸੀਂ ਮੇਰਾ ਮੁੱਲ ਦੇ ਲਿਆ ਮੈਨੂੰ ਜਿੱਤ ਲਿਆ ਪਰ ਪਰ ਦਾ ਲਫ਼ਜ਼ ਹੀਰਾ ਲਾਲ ਦੇ ਦਿਲ ਤੇ ਪੱਥਰ ਵਾਂਗ ਪਟਕਿਆ ਤੇ ਉਹਦਾ ਹੱਥ ਮਧਰੀ ਦੇ ਹੱਥਾਂ ਚੋਂ ਖਿੱਚਿਆ ਗਿਆ ਪਰ ਮਧਰੀ ਪਰ ਕਿਉਂ ਇਸ ਤੇਰੇ ਪਰ ਨੇ ਮੇਰੇ ਉਮੀਦ ਦੇ ਜਿੱਕਰ ਪਰੀ ਖੋਏ ਖੋ ਸੁਟੇ ਹੁੰਦੇ ਨੇ ਵੇਖ ਲੈ ਮੇਰਾ ਦਿਲ ਤੇ ਉਹਦਾ ਹੱਥ ਫੜ ਕੇ ਉਹਨੇ ਆਪਣੇ ਦਿਲ ਤੇ ਰੱਖਿਆ ਕਿਸੇ ਨਾ ਮੁਮਕਿਨ ਜੇ ਪਰ ਨਾਲੇ ਦਿਲ ਨਾ ਤੋੜੀ ਮਾਦਰੀ ਨੂੰ ਜਾਪ ਰਿਆ ਸੀ ਹੀਰਾ ਲਾਲ ਦੀ ਇਸ ਅਵਸਥਾ ਚ ਉਹਦੀ ਕਿਸੇ ਦਲੀਲ ਦੀ ਉਹਨੂੰ ਸਮਝ ਨਹੀਂ ਸੀ ਆਉਣੀ ਆਪਣੇ ਅੰਦਰੋਂ ਮਾਦਰੀ ਨੇ ਇਸਤਰੀ ਨੂੰ ਟੁੰਬਿਆ ਦਿਮਾਗ ਨੇ ਇਸ ਅਵਸਥਾ ਚ ਕੁਝ ਕਾਟ ਨਹੀਂ ਸੀ ਕਰਨੀ ਮਾਦਰੀ ਦੇ ਚਿਹਰੇ ਦਾ ਪ੍ਰਭਾਵ ਬਦਲ ਗਿਆ ਉਹਦੇ ਬੁੱਲਾਂ ਉੱਤੇ ਇੱਕ ਮੁਸਕਰਾਟ ਖੜੀ ਉਹਦੇ ਦੋਵੇਂ ਹੱਥ ਹੀਰਾ ਲਾਲ ਦੇ ਮੋਢਿਆਂ ਤੇ ਰੱਖ ਦਿੱਤੇ ਮੇਰੇ ਪਰਦਾ ਕੋਈ ਔਖਾ ਭਾਵ ਨਹੀਂ ਸੀ ਮੈਂ ਆਖਣਾ ਚਾਹੁੰਦੀ ਸੀ ਪਰ ਮੈਨੂੰ ਜਵਾਨਤਾ ਹੋ ਲੈਣ ਦਿਓ ਮਾਦਰੀ ਦੀ ਅਦਾਚ ਕੋਈ ਜਾਦੂ ਸੀ ਹੀਰਾ ਲਾਲ ਦਾ ਢੈਂਦਾ ਦਿਲ ਇੱਕਦਮ ਉੱਡਣ ਲੱਗ ਪਿਆ ਮਾਦਰੀ ਜੇ ਤੂੰ ਅਜੇ ਜਵਾਨ ਨਹੀਂ ਹੋਈ ਤਾਂ ਹੋਰ ਜਵਾਨ ਹੋ ਕੇ ਕਿਸੇ ਨੂੰ ਵੀ ਜੱਗ 'ਚ ਜਿਉਣ ਨਹੀਂ ਦੇਣਾ ਹੀਰਾ ਲਾਲ ਨੂੰ ਜ਼ਿੰਦਗੀ 'ਚ ਪਹਿਲੀ ਵੱਡੀ ਜਿੱਤ ਦਾ ਅਹਿਸਾਸ ਹੋ ਗਿਆ ਮਾਦਰੀ ਨੇ ਬਾਹਾਂ ਉਹਦੇ ਗਲ 'ਚ ਪਾ ਦਿੱਤੀਆਂ ਤੇ ਹੱਸ ਕੇ ਆਖਿਆ ਅਜੇ ਮੈਂ 15 ਦਿਨ ਦੀ ਬਾਲੜੀ ਆ ਰਾਜਧਾਨੀ ਦੇ ਡਾਕਟਰ ਦੇ ਕਮਰੇ 'ਚ ਜੰਮੀ ਤੇ ਹੁਣੇ-ਹੁਣੇ ਤੁਹਾਡੀ ਦੁਨੀਆ 'ਚ ਮੇਰਾ ਪਰਵੇਸ਼ ਹੋਇਆ। ਹੀਰਾ ਲਾਲ ਖਿੜਖੜਾ ਕੇ ਹੱਸ ਪਿਆ। ਤੇ ਫਿਰ ਤੂੰ ਕਿੰਨੇ ਚਿਰ ਵਿੱਚ ਜਵਾਨ ਹੋਏਂਗੀ ਮਾਧਰੀ? ਹੀਰਾ ਲਾਲ ਨੂੰ ਇਹੋ ਜੇ ਖੇੜੇ ਨਾਲ ਝੂਮਦਿਆਂ ਵੇਖ ਕੇ ਮਾਧਰੀ ਨੂੰ ਤਸੱਲੀ ਹੋਈ। ਫਿਰ ਉਹ ਗੰਭੀਰ ਹੋ ਗਈ। ਨੇ ਆਪਣੇ ਦਿਲ ਦੀਆਂ ਢੁੰਗਾਈਆਂ ਫੋਲ ਕੇ ਉਹਨੂੰ ਆਪਣੇ ਦਿਲ ਦੀ ਬਣਤਰ ਤੋਂ ਜਾਣੂ ਕਰਾਉਣਾ ਚਾਹਿਆ। ਤੁਹਾਡੇ ਬਿਨਾਂ ਕਿਸੇ ਹੋਰ ਦੀ ਮੈਂ ਹੋ ਕੇ ਨਹੀਂ ਰਹਿ ਸਕਦੀ। ਮਾਧਰੀ ਨੇ ਆਪਣੀ ਗੱਲ ਮੰਨਵਾਉਣ ਲਈ ਹੀਰਾ ਲਾਲ ਨੂੰ ਤਿਆਰ ਕਰਨ ਲਈ ਭਲੋਸਿਆ। ਪਰ ਤੁਹਾਡੇ ਨਾਲ ਵਿਆਹ ਵਾਲਾ ਕਦਮ ਮੈਂ ਦੋ ਗੱਲਾਂ ਬਾਰੇ ਯਕੀਨ ਸਾਫ਼ ਹੋਏ ਬਿਨਾ ਨਹੀਂ ਚੁੱਕ ਸਕਦੀ ਓਕੇ ਓਕੇ ਹੀਰਾ ਲਾਲ ਕਾਲਾ ਪੈ ਗਿਆ ਜ਼ਰਾ ਮੇਰੀ ਗੱਲ ਸੁਣ ਲਾ ਮੈਂ ਭੁੱਲ ਗਿਆ ਤੂੰ ਬੜੀ ਸਿਆਣੀ ਹੈ ਬੜੀ ਚੰਗੀ ਹੈ ਤੂੰ ਮੇਰਾ ਦਿਲ ਤੋੜ ਨਹੀਂ ਸਕਦੀ ਹੁਣ ਮੈਂ ਵਿੱਚ ਨਹੀਂ ਬੋਲਾਂਗਾ ਦੱਸ ਮਾਦਰੀ ਮੇਰੀ ਦੁਨੀਆ ਤੁਹਾਡੀ ਦੁਨੀਆ ਨਹੀਂ ਮੇਰੀ ਹੋਂਦ ਤਾਈ ਤੇ ਤੁਹਾਡੀ ਹਮਦਰਦੀ ਨੇ ਸਾਨੂੰ ਇੱਕ ਦੂਜੇ ਨਾਲ ਜੋੜਿਆ ਇੱਕ ਵਰੇ ਦੀ ਮੌਲਤ ਮੰਗਦੀ ਆ ਤੁਸੀਂ ਮੈਨੂੰ ਵੇਖ ਲਓ ਹਮਦਰਦੀ ਨੂੰ ਮੁਹੱਬਤ ਬਣੀ ਦਾ ਯਕੀਨ ਕਰ ਲਓ ਦੂਜੀ ਗੱਲ ਮੇਰੇ ਮਾਪਿਆਂ ਦੀ ਉਹਨਾਂ ਆਪਣੀ ਸਾਰੀ ਉਮਰ ਨੂੰ ਮੇਰੇ ਨਾਲ ਗਿਣਿਆ ਹੋਇਆ ਮੇਰੇ ਬਿਨਾ ਉਹਨਾਂ ਕੁਝ ਅਜੇ ਤੱਕ ਸੋਚਿਆ ਨਹੀਂ ਉਹਨਾਂ ਨੂੰ ਮੈਂ ਆਪਣੇ ਤੋਂ ਖੁਦ ਮੁਖਤਿਆਰ ਜ਼ਿੰਦਗੀ ਲਈ ਤਿਆਰ ਕਰ ਲਵਾਂ ਪਰ ਮਦਰਯੂ ਮੇਰੇ ਵੀ ਮਾਪੇ ਬਣ ਜਾਣਗੇ ਉਹ ਸਾਡੇ ਨਾਲ ਰਹਿਣਗੇ ਨਹੀਂ ਹੀਰਾ ਲਾਲ ਤੁਸੀਂ ਤੇ ਮੈਂ ਮੁਹੱਬਤ ਦੀ ਕੀਮੀਆਂ ਗਰੀ ਨਾਲ ਦੋ ਵੱਖੋ ਵੱਖ ਦੁਨੀਆ ਰਲ ਸਕਣ ਚ ਸ਼ਾਇਦ ਸਫਲ ਹੋਈ ਜਾਈਏ ਪਰ ਉਹ ਆਪਣੀ ਦੁਨੀਆ ਤੋਂ ਬਾਹਰ ਜਿਉ ਨਹੀਂ ਸਕਣਗੇ ਤੇਰੀ ਪਹਿਲ ਪਹਿਲੀ ਦਲੀਲ ਦੇ ਜਵਾਬ ਚ ਮੈਂ ਦਿਲ ਨੰਗਾ ਕਰਕੇ ਤੈਨੂੰ ਵਿਖਾ ਸਕਦਾ ਅੰਦਰ ਦੀ ਕਦੇ ਨਹੀਂ ਹਮੇਸ਼ਾ ਮੁਹੱਬਤ ਦੀ ਤਰਫਣੀ ਹੀ ਮੈਨੂੰ ਤੇਰੇ ਕੋਲ ਲਿਆਂਦੀ ਰਹੀਏ ਪਰ ਦੂਜੀ ਤੇਰੀ ਦਲੀਲ ਅਗੇ ਮੈਂ ਬੇਜਵਾਬ ਆ ਚੈਨ ਵਰਗਾ ਕੋਈ ਚੈਨ ਹੀਰਾ ਲਾਲੂ ਮਹਿਸੂਸ ਹੋ ਰਿਹਾ ਸੀ ਤੇ ਈਸ਼ਵਰੀ ਅੰਦਰ ਤੇਰੀ ਜ਼ਿੰਦਗੀ 'ਚ ਮੇਰੀ ਕੀ ਥਾਂ ਹੋਏਗੀ ਮੇਰਾ ਘਰ ਤੁਹਾਡਾ ਘਰ ਹੋਏਗਾ ਅਸੀਂ ਸੈਰ ਕਰਨ ਜਾਵਾਂਗੇ ਤੁਹਾਡੀ ਦਿੱਤੀ ਅੱਖ ਨਾਲ ਮੈਂ ਤੁਹਾਡੀਆਂ ਖੂਬੀਆਂ ਵੇਖ ਤੇ ਪ੍ਰਸ਼ੰਸਾ ਕਰਾਂਗੀ ਤੇ ਤੁਸੀਂ ਮੈਨੂੰ ਮੇਰੇ ਮਾਪਿਆਂ ਦੇ ਦਿਲ 'ਚ ਮੇਰੇ ਵਿੱਚ ਛੋੜੇ ਦੇ ਖਲਾ ਨੂੰ ਭਰ ਸਕਣ 'ਚ ਸਹਾਇਤਾ ਕਰੋਗੇ ਮੈਨੂੰ ਮਨਜ਼ੂਰ ਹੈ ਪਰ ਇੱਕ ਸ਼ਰਤ ਉਤੇ ਹੀਰਾ ਲਾਲ ਨੇ ਆਖਿਆ ਚੰਗਾ ਤੁਸੀਂ ਵੀ ਆਪਣਾ ਪਰ ਮੈਨੂੰ ਦੱਸ ਲਓ 15 ਦਿਨਾਂ ਦੀ ਬਾਲੜੀ ਅੱਖ 'ਚ 21 ਵਰਿਆਂ ਦੀ ਜਵਾਨੀ ਦੀ ਸਾਰੀ ਸ਼ਰਾਰਤ ਭਰਪੂਰ ਸੀ ਉਸ਼ਰਤੇ ਕਿ ਮੈਨੂੰ ਇਸ ਵਰੇ ਚ ਘੱਟ ਤੋਂ ਘੱਟ ਸਬੋਧ ਜਿੰਨੇ ਅਧਿਕਾਰ ਜ਼ਰੂਰ ਹੋਣਗੇ ਤੇ ਮਧੂਰੀ ਨੇ ਹੱਸ ਕੇ ਹੀਰਾ ਲਾਲ ਨੂੰ ਗਲਵੱਕੜੀ ਪਾ ਲਈ ਤੇ ਹੀਰਾ ਲਾਲ ਨੇ ਸਬੋਧ ਵਾਂਗ ਆਪਣਾ ਸਿਰ ਉਹਦੀ ਝੋਲੀ ਚ ਰੱਖ ਦਿੱਤਾ ਧੰਨਵਾਦ